डियर स्टूडेंट्स वेलकम आज ਦਾ ਆਪਣਾ ਜੋ ਪੇਪਰ ਹੈ ਲਾਇਬ੍ਰੇਰੀ ਰਿਸੋਰਸਸ ਐਂਡ ਆਰਟ ਇਨ ਐਜੂਕੇਸ਼ਨ ਉਹਦਾ ਨੈਕਸਟ ਟਾਪਿਕ ਅਸੀਂ ਕਰ ਰਹੇ ਹਾਂ ਟੈਕਨੀਕਸ ਆਫ ਕੀਪਿੰਗ ਬੁక్స్ ਐਂਡ ਅਦਰ ਰੀਡਿੰਗ ਮਟੀਰੀਅਲ ਇਨ ਦਾ ਲਾਇਬ੍ਰੇਰੀ ਪੁਸਤਕਾਂ ਤੇ ਹੋਰ ਜਿਹੜਾ ਪੜਨ ਯੋਗ ਮਟੀਰੀਅਲ ਹੁੰਦਾ ਉਹਨੂੰ ਲਾਇਬ੍ਰੇਰੀ ਦੇ ਵਿੱਚ ਰੱਖਣ ਦੇ ਕਿਹੜੇ ਕਿਹੜੇ ਢੰਗ ਨੇ ਦੋ ਢੰਗ ਵਰਤੇ ਜਾਂਦੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਹੈ ਓਪਨ ਐਂਡ ਕਲੋਜ਼ ਅਸੈਸ ਸਿਸਟਮ ਮੀਨ ਜ ਇੱਕ ਸਿਸਟਮ ਹੈ ਕਿਤਾਬਾਂ ਨੂੰ ਓਪਨ ਰੱਖਣਾ ਮੀਨ ਜ ਜਿਹੜੇ ਰੈਕਸ ਨੇ ਉਹਨਾਂ ਨੂੰ ਖੁੱਲੇ ਰੱਖਣਾ ਕਿਸੇ ਤਰ੍ਹਾਂ ਦਾ ਲੋਕ ਵਗੈਰਾ ਨਾ ਲਾਉਣਾ ਤੇ ਦੂਸਰਾ ਹੈ ਕਲੋਜ਼ ਮੀਨਸ ਬੰਦ ਰੱਖਣਾ ਤੀਸਰਾ ਹੈ ਇਹਦੇ ਵਿੱਚ ਹੀ ਆਏਗਾ ਲਾਇਬ੍ਰੇਰੀ ਕਲਾਸੀਫਿਕੇਸ਼ਨ ਸਿਸਟਮ ਲਾਇਬ੍ਰੇਰੀ ਵਰਗੀਕਰਨ ਪ੍ਰਣਾਲੀ ਹੁਣ ਅਸੀਂ ਇਹਨਾਂ ਨੂੰ ਇਕੱਲੇ ਇਕੱਲੇ ਥੋੜਾ ਇਹਨਾਂ ਦਾ ਜਿਹੜਾ मीनिंग ਹੈ ਉਹ ਕਲੀਅਰ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਜਿਵੇਂ ਅਸੀਂ ਜਿਹੜਾ ਓਪਨ ਐਕਸੈਸ ਸਿਸਟਮ ਹੈ ਤੇ ਜਿਹੜਾ ক্লোਜ਼ ਐਕਸੈਸ ਸਿਸਟਮ ਹੈ ਉਹਨਾਂ ਸਾਰਿਆਂ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਓਪਨ ਐਕਸੈਸ ਸਿਸਟਮ ਹੁੰਦਾ ਹੈ ਮੀਨਜ਼ ਜਿਹੜੀ ਖੁੱਲੀ ਪਹੁੰਚ ਪ੍ਰਣਾਲੀ ਹੈ ਉਹਨੂੰ ਕਿਸ ਨੂੰ ਕਹਿੰਦੇ ਨੇ ਹੁਣ ਜੋ ਲਾਇਬ੍ਰੇਰੀ ਮੈਨੇਜਮੈਂਟ ਸਰਵਿਸਿਜ਼ ਨੇ ਉਹਦੇ ਵਿੱਚ ਜਿਹੜਾ ਓਪਨ ਐਕਸੈਸ ਸਿਸਟਮ ਹੈ ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਇਹ ਇਸ ਤਰ੍ਹਾਂ ਦੀ ਪ੍ਰਣਾਲੀ ਹੈ ਜਿਹਦੇ ਵਿੱਚ ਜਿਹੜੀਆਂ ਬੁੱਕਸ ਨੇ ਤੇ ਜਿਹੜਾ ਹੋਰ ਰੀਡਿੰਗ ਮਟੀਰੀਅਲ ਹੈ ਉਨਨ ਇੱਕ ਖਾਸ ਜਗ੍ਹਾ ਤੇ ਸੀਕੁਐਂਸ ਦੇ ਵਿੱਚ ਲਗਾ ਕੇ ਮੀਨਸ ਸਿਸਟੇਮੈਟਿਕਲੀ ਰੱਖਿਆ ਜਾਂਦਾ ਹੈ ਲਾਇਬ੍ਰੇਰੀ ਦੇ ਵਿੱਚ ਜਿੰਨੇ ਵੀ ਰੀਡਰਸ ਹੁੰਦੇ ਨੇ ਪਾਠਕ ਹੁੰਦੇ ਨੇ ਉਹ ਇਹਨਾਂ ਸਾਰੇ ਹੀ ਜਿੰਨੇ ਵੀ ਰਿਸੋਰਸਸ ਹੁੰਦੇ ਨੇ ਸਰੋਤ ਹੁੰਦੇ ਨੇ ਇਹਨਾਂ ਦੀ ਖੋਜ ਕਰਨ ਦੀ ਉਹਨਾਂ ਨੂੰ ਪਰਮਿਸ਼ਨ ਹੁੰਦੀ ਹੈ ਮੀਨਸ ਲੱਭ ਸਕਦੇ ਨੇ ਜਿਹੜੀ ਬੁੱਕ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਮੀਨਸ ਜਿਹੜੇ ਪਾਠਕ ਨੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਜਿਹੜੀ ਬੁੱਕ ਉਹਨਾਂ ਨੂੰ ਵਧੀਆ ਲੱਗਦੀ ਹੈ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਉਹਨੂੰ ਉਹ ਚੂਜ਼ ਕਰ ਸਕਦੇ ਨੇ ਤੇ ਇਥੇ ਕਿਤਾਬਾਂ ਤੱਕ ਪਹੁੰਚ ਕਰਨ ਦੇ ਲਈ ਜਿਹੜੇ ਪਾਠਕ ਨੇ ਰੀਡਰ ਨੇ ਉਹਨਾਂ ਨੂੰ ਲਾਇਬ੍ਰੇਰੀਅਨ ਜਾਂ ਜਿਹੜੀ ਡਿਪਟੀ ਲਾਇਬ੍ਰੇਰੀਅਨ ਨੇ ਉਹਨਾਂ ਦੇ ਹੈਲਪ ਲਾਈਨ ਦੀ ਜ਼ਰੂਰਤ ਨਹੀਂ ਬੰਦੀ ਕਿਉਂਕਿ ਜਿਹੜੀਆਂ ਬੁੱਕਸ ਨੇ ਓਪਨ ਰੈਕਸ ਦੇ ਵਿੱਚ ਪਈਆਂ ਨੇ ਇਸ ਕਰਕੇ ਉਹ ਬਿਲਕੁਲ ਫ੍ਰੀ ਮਾਈਂਡ ਹੋ ਕੇ ਆਪਣੇ ਇੰਟਰਸਟ ਦੇ ਅਕੋਰਡਿੰਗ ਆਪਣੇ ਨੀਡਸ ਦੇ ਅਕੋਰਡਿੰਗ ਜਿਹੜੀ ਕਿਤਾਬਾਂ ਨੇ ਉਹਨਾਂ ਨੂੰ ਚੂਜ਼ ਕਰ ਸਕਦੇ ਨੇ ਤੇ ਇਹਦੇ ਨਾਲ ਇਹ ਹੁੰਦਾ ਹੈ ਵੀ ਜਿਹੜੀ ਟਾਈਮ ਵੇਸਟੇਜ ਆ ਉਹ ਬਚ ਜਾਂਦੀ ਹੈ ਕਿਉਂਕਿ ਜੇ ਕਿਤਾਬਾਂ ਬੰਦ ਪਈਆਂ ਹੋਣਗੀਆਂ ਤਾਂ ਅਸੀਂ बार-बार ਦੇਖੋ ਅਲਮਿਰਾਜ਼ ਖੋਲਦਿਆਂ ਫਿਰ ਉਹਨੂੰ ਬੰਦ ਕਰਦੇ ਆ ਤਾਂ ਟਾਈਮ ਵੇਸਟ ਹੁੰਦਾ ਬਟ ਜੇਕਰ ਓਪਨ ਪਈਆਂ ਨੇ ਸਾਡੇ ਕੋਲ ਅਸੀਂ ਬੁੱਕ ਦੇਖੀ ਅਸੀਂ ਦੇਖ ਰਹੇ ਹਾਂ ਕਿ ਇਹ ਅਸੀਂ ਸਾਡੇ ਅਕੋਰਡਿੰਗ ਹੈ ਤੇ ਅਸੀਂ ਉਹਨੂੰ ਲੈ ਲੈਂਦੇ ਆ ਅਗਰ ਨਹੀਂ ਹੈ ਤਾਂ ਅਸੀਂ ਜਿਹੜੀ ਦੂਸਰੀ ਕੋਈ ਰੈਕਸ ਨੇ ਜਾਂ ਹੋਰ ਅਲਮਿਰਾਜ਼ ਨੇ ਉਹਨਾਂ ਦੇ ਵੱਲ ਨੂੰ ਵਧਦੇ ਆ ਹੁਣ ਇਹਦੇ ਵਿੱਚ ਇਹ ਵੀ ਇੱਕ ਵਿਸ਼ੇਸ਼ਤਾ ਹੈ ਕਿ ਜਿਹੜੇ ਰੀਡਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਕਿਤਾਬਾਂ ਦੇ ਉੱਪਰ ਕੋਈ ਨੰਬਰ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇੱਕੋ ਵਿਸ਼ੇ ਦੀਆਂ ਇੱਕੋ ਸਬਜੈਕਟ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਨੇ ਉਹ ਸਾਰੀਆਂ ਇੱਕੋ ਥਾਂ ਤੇ ਹੀ ਰੱਖੀਆਂ ਜਾਂਦੀਆਂ ਨੇ ਹੁਣ ਇਹਦੇ ਨਾਲ ਜਿਹੜਾ ਰੀਡਰ ਹੈ ਲਾਇਬ੍ਰੇਰੀ ਦੇ ਵਿੱਚ ਪੜਨ ਵਾਲਾ ਪਾਠਕ ਹੈ ਉਹ ਆਰਾਮ ਨਾਲ ਆਪਣੇ ਨੀਡਸ ਦੇ ਅਕੋਰਡਿੰਗ ਚਾਹੇ ਕੋਈ ਰਿਸਰਚ ਵਰਕ ਕਰ ਰਿਹਾ ਹੈ ਜਾਂ ਉਹਨੂੰ ਕਿ ਆਪਣਾ ਕੋਈ ਪ੍ਰੋਜੈਕਟ ਕੰਪਲੀਟ ਕਰਨਾ ਹੈ ਉਹ ਸਹੀ ਤਰੀਕੇ ਨਾਲ ਜਿਹੜੀਆਂ ਬੁੱਕਸ ਨੇ ਉਹ ਇੱਕੋ ਥਾਂ ਤੋਂ ਆਰਾਮ ਨਾਲ ਲੈ ਸਕਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ক্লোਜ਼ ਅਕਸੈਸ ਸਿਸਟਮ ਹੁਣ ক্লোਜ਼ ਅਕਸੈਸ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਬੰਦ ਰੱਖਿਆ ਜਾਂਦਾ ਹੈ ਬੰਦ ਮੀਨਸ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਅਲਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਲੋਕ ਲਗਾ ਕੇ ਰੱਖਿਆ ਜਾਂਦਾ ਹੈ ਹੁਣ ਇੱਥੇ ਕੀ ਹੋਏਗਾ ਵੀ ਜੋ ਲਾਇਬ੍ਰੇਰੀ ਹੈ ਉਹਦੇ ਵਿੱਚ ਜਿਹੜਾ ਲਾਇਬ੍ਰੇਰੀ ਸਟਾਕ ਰੂਮ ਹੁੰਦਾ ਹੈ ਉਹਦੇ ਵਿੱਚ ਐਂਟਰ ਕਰਨ ਦੇ ਲਈ ਇੱਕ ਵਿਸ਼ੇਸ਼ ਕਮਰਾ ਹੁੰਦਾ ਹੈ ਮਿੰਨਸ ਜਿੱਥੇ ਲਾਇਬ੍ਰਰੀ ਦੇ ਬੁੱਕਸ ਅਲੱਗ ਤੋਂ ਹੋਣਗੀਆਂ ਤੇ ਜਿਹੜਾ ਰੀਡਿੰਗ ਰੂਮ ਹੈ ਉਹ ਇੱਥੇ ਅਲੱਗ ਤੋਂ ਹੁੰਦਾ ਹੈ ਹੁਣ ਜਿਹੜੇ ਵਿਦਿਆਰਥੀ ਨੇ ਤੇ ਪਾਠਕ ਨੇ ਉਹ ਇਸ ਕਮਰੇ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਮੀਨਸ ਉਹ ਪਰਮਿਸ਼ਨ ਲੈ ਕੇ ਹੀ ਜਾਣਗੇ ਤੇ ਜਦੋਂ ਉਹਨਾਂ ਨੂੰ ਕੋਈ ਜ਼ਰੂਰਤ ਹੈ ਤਾਂ ਉਹ ਜਿਹੜਾ ਲਾਇਬ੍ਰਰੀਅਨ ਹੈ ਉਹ ਤੱਕ ਪਹੁੰਚ ਕਰਨਗੇ ਕਿ ਸਾਨੂੰ ਇਸ ਰਾਈਟਰ ਦੀ ਜਾਂ ਇਸ ਵਿਸ਼ੇ ਨਾਲ ਸੰਬੰਧਿਤ ਜਿਹੜੀ ਬੁੱਕਾ ਚਾਹੀਦੀ ਹੈ ਤੇ ਜਿਹੜੇ ਲਾਇਬ੍ਰੇਰੀਆਂ ਹੋ ਉਹਨਾਂ ਨੂੰ ਖੁਦ ਅਰੇਂਜ ਕਰਕੇ ਦੇਵੇਗਾ ਤੇ ਨਾਲ ਹੀ ਕਿਤਾਬਾਂ ਤਾਂ ਦੇਖੋ ਸਾਰੀਆਂ ਅਵੇਲੇਬਲ ਹੁੰਦੀਆਂ ਨੇ ਬਟ ਜਿਹੜੇ ਰੀਡਰ ਨੇ ਉਹ ਪਹੁੰਚ ਨਹੀਂ ਸਕਦੇ ਉੱਥੇ ਮਿੰਦ ਕਿਤਾਬਾਂ ਪਾਠਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਨੇ ਹੁਣ ਇਹਦੇ ਵਿੱਚ ਜਿਹੜੇ ਕਿਤਾਬਾਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਪ੍ਰੋਪਰ ਟਾਈਟਲ ਲਗਾ ਕੇ ਜਾਂ ਰਾਈਟਰ ਦੇ ਨਾਮ ਨਾਲ ਠੀਕ ਹੈ ਸਾਰਾ ਜ਼ਿਕਰ ਕਰਨਾ ਜ਼ਰੂਰੀ ਹੁੰਦਾ ਹੈ ਹੁਣ ਕਿਸੇ ਵੀ ਬੁੱਕ ਤੱਕ ਜਦੋਂ ਪਾਠਕ ਨੇ ਰੀਡਰ ਨੇ ਪਹੁੰਚ ਕਰਨੀ ਹੈ ਤਾਂ ਉਹਨੇ ਸਾਰਾ ਇਹ ਕੰਪਲੀਟ ਕਰਨਾ ਹੁੰਦਾ ਜਿਵੇਂ ਕੋਈ ਕੋਈ ਫਾਰਮ ਫਿਲ ਕਰਨਾ ਪੈਂਦਾ ਹੈ ਪਹਿਲਾਂ ਮੀਨਸ ਐਂਟਰੀ ਲੈਣੀ ਪੈਂਦੀ ਹੈ ਫਿਰ ਰੀਜ਼ਨ ਦੱਸਣਾ ਪੈਂਦਾ ਹੈ ਤੇ ਕਿਹੜੀ ਬੁੱਕ ਲੈਣੀ ਹੈ ਸਾਰੇ ਕੁਝ ਜਿਹੜੀ ਡਿਟੇਲਸ ਦੇ ਵਿੱਚ ਉਹ ਫਾਰਮ ਹੈ ਉਹਨੂੰ ਕੰਪਲੀਟ ਕਰਨਾ ਹੁੰਦਾ ਹੈ ਹੁਣ ਜਿਹੜਾ ਫਾਰਮ ਜਦੋਂ ਭਰਨਗੇ ਕਾਊਂਟਰ ਤੇ ਜਮਾ ਹੋਏਗਾ ਫਿਰ ਜਿਹੜਾ ਲਾਇਬ੍ਰੇਰੀ ਸਟਾਫ ਦਾ ਕੰਮ ਹੁੰਦਾ ਕਿ ਕਾਊਂਟਰ ਤੇ ਲਾਈਬ੍ਰੇਰੀ ਦੇ ਵਿੱਚ ਉਹਨੂੰ ਦੇਖਿਆ ਜਾਂਦਾ ਬੁੱਕ ਨੂੰ ਫੇਰ ਉਹੀ ਜਿਹੜਾ ਮਟੀਰੀਅਲ ਮੀਨ ਜਿਹੜੀ ਕੋਈ ਬੁੱਕ ਦੀ ਜ਼ਰੂਰਤ ਹੁੰਦੀ ਹੈ ਉਹ ਦਿੱਤੀ ਜਾਂਦੀ ਹੈ ਈਸ਼ੂ ਕੀਤੀ ਜਾਂਦੀ ਹੈ ਹੁਣ ਇਹਦੇ ਨਾਲ ਜਿਹੜਾ ਰੀਡਰ ਹੈ ਉਹਦਾ ਵੀ ਟਾਈਮ ਵੇਸਟ ਹੁੰਦਾ ਹੈ ਤੇ ਜਿਹੜਾ ਲਾਈਬ੍ਰੇਰੀਅਨ ਹੈ ਮੀਨ ਜਿਹੜਾ ਹੈਲਪ ਕਰ ਰਿਹਾ ਬੁੱਕਸ ਨੂੰ ਫਾਈਂਡ ਆਊਟ ਕਰਨ ਦੇ ਵਿੱਚ ਮੀਨ ਉਸ ਰੂਮ ਦੇ ਵਿੱਚ ਜਿੱਥੇ ਬੁੱਕਸ ਪਈਆਂ ਨੇ ਲੱਭਣ ਦੇ ਲਈ ਗਿਆ ਉਹਦਾ ਵੀ ਟਾਈਮ ਵੇਸਟ ਹੁੰਦਾ ਹੈ ਆਮ ਤੌਰ ਤੇ ਕਈ ਵਾਰ ਇਹ ਵੀ ਦੇਖਿਆ ਜਾਂਦਾ ਵੀ ਕਿ ਜਿਹੜਾ ਲਾਈਬ੍ਰੇਰੀ ਦਾ ਸਟਾਫ ਹੁੰਦਾ ਹੈ ਤਾਂ ਉਹ ਬੁੱਕਸ ਲੱਭਣ ਦੇ ਲਈ ਐਨੀ ਮਿਹਨਤ ਨਹੀਂ ਕਰਦਾ ਤੇ ਉਹ ਵੈਸੇ ਹੀ ਕਹਿ ਦਿੰਦੇ ਨੇ ਕਿ ਜਿਹੜੀ ਬੁੱਕ ਹੈ ਉਹ ਤਾਂ ਇਸ਼ੂ ਹੋਈ ਵੀ ਹੈ ਜਾਂ ਸਾਡੇ ਕੋਲ ਅਵੇਲੇਬਲ ਨਹੀਂ ਹੈ ਤੇ ਉਹ ਇਹਦੇ ਨਾਲ ਮੀਨਸ ਪ੍ਰੋਬਲਮਸ ਵੀ ਆਉਂਦੀਆਂ ਨੇ ਭਾਵੇਂ ਦੇਖੋ ਅਸੀਂ ਓਪਨ ਸਿਸਟਮ ਦੀ ਗੱਲ ਕਰੀਏ ਭਾਵੇਂ ਅਸੀਂ ক্লোਜ਼ ਦੀ ਗੱਲ ਕਰੀਏ ਦੋਵਾਂ ਦੇ ਆਪਣੇ ਆਪਣੇ ਬੈਨੀਫਿਟਸ ਨੇ ਤੇ ਦੋਵਾਂ ਦੇ ਆਪਣੇ ਆਪਣੇ ਨੁਕਸਾਨ ਨੇ ਇਹ ਇਸ ਬਾਰੇ ਅਸੀਂ ਜਿਹੜੀ ਨੈਕਸਟ ਵੀਡੀਓ ਉਹਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਾਂਗੇ ਅਗੋ ਨੈਕਸਟ ਹੈ ਲਾਇਬ੍ਰੇਰੀ ਕਲਾਸੀਫਿਕੇਸ਼ਨ ਸਿਸਟਮ ਲਾਈਬ੍ਰੇਰੀ ਵਰਗੀਕਰਨ ਪ੍ਰਣਾਲੀ ਇਸ ਦੇ ਅਕੋਰਡਿੰਗ ਜਿਹੜੀਆਂ ਲਾਈਬ੍ਰੇਰੀ ਦੇ ਵਿੱਚ ਬੁੱਕਸ ਪਈਆਂ ਜਾਂ ਜਿਹੜਾ ਹੋਰ ਰੀਡਿੰਗ ਮਟੀਰੀਅਲ ਹੈ ਉਹਨੂੰ ਕਿਸੇ ਨਾ ਕਿਸੇ ਕਲਾਸੀਫਿਕੇਸ਼ਨ ਸਿਸਟਮ ਦੇ ਅਧੀਨ ਜਿਹੜਾ ਉਹਨਾਂ ਦਾ ਕਲਾਸੀਫਿਕੇਸ਼ਨ ਕੀਤਾ ਤੇ ਉਹਨਾਂ ਨੂੰ ਨੰਬਰ ਲਗਾਏ ਜਾਂਦੇ ਨੇ ਜਿਹੜੇ ਕਿਤਾਬਾਂ ਨੇ ਉਹਨਾਂ ਨੂੰ ਕਲਾਸੀਫਿਕੇਸ਼ਨ ਨੰਬਰ ਲਗਾਉਣ ਤੋਂ ਬਾਅਦ ਜਿਹੜੀਆਂ ਸੈਲਫਾ ਨੇ ਉਹਨਾਂ ਦੇ ਵਿੱਚ ਸਿਸਟੇਮੈਟਿਕਲੀ ਅਰੇਂਜ ਕਰਕੇ ਰੱਖਿਆ ਜਾਂਦਾ ਹੈ ਲਾਈਬ੍ਰੇਰੀ ਦੇ ਵਿੱਚ ਭਾਵੇਂ ਸੀ ਜਿਹੜੇ ਓਪਨ ਐਕਸੈਸ ਸਿਸਟਮ ਨੂੰ ਅਪਲਾਈ ਕਰੀਏ ਭਾਵੇਂ ਅਸੀਂ ক্লোਜ਼ ਐਸੈਸ ਸਿਸਟਮ ਨੂੰ ਬਟ ਜਿਹੜੀ ਕਿਤਾਬਾਂ ਨੇ ਉਹ ਸਾਰਿਆਂ ਦੇ ਅਧੀਨ ਰੱਖੀਆਂ ਜਾਂਦੀਆਂ ਨੇ ਦੋਵਾਂ ਦੇ ਵਿੱਚ ਹੀ ਜਿਹੜੀ ਕਲਾਸੀਫਿਕੇਸ਼ਨ ਹੈ ਇਹ ਪ੍ਰਣਾਲੀ ਉਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਦੋਵਾਂ ਦੇ ਵਿੱਚ ਹੀ ਮੀਨਸ ਭਾਵੇਂ ਓਪਨ ਸਿਸਟਮ ਹੈ ਭਾਵੇਂ ক্লোਜ਼ਸਟ ਹੈ ਬਟ ਜਿਹੜਾ ਲਾਇਬ੍ਰੇਰੀ ਕਲਾਸੀਫਿਕੇਸ਼ਨ ਸਿਸਟਮ ਹੈ ਉਹ ਇਹਨਾਂ ਦੋਵਾਂ ਦੇ ਵਿੱਚ ਹੀ ਆਉਂਦਾ ਹੈ ਕਿਉਂਕਿ ਜਿਹੜੀ ਕਿਤਾਬਾਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਕਲਾਸੀਫਿਕੇਸ਼ਨ ਕਰਕੇ ਸਿਸਟਮੈਟਿਕਲੀ ਲਗਾਇਆ ਜਾਂਦਾ ਹੈ ਉਹ ਲਾਇਬ੍ਰੇਰੀ ਦੇ ਵਿੱਚ ਜਿੰਨੇ ਵੀ ਪੁਸਤਕਾਂ ਅਵੇਲੇਬਲ ਹੁੰਦੀਆਂ ਨੇ ਉਹਦੇ ਵਿਸ਼ੇ ਕੀ ਉਹਦਾ ਟਾਈਟਲ ਹੈ ਐਕਸੈਸ਼ਨ ਨੰਬਰ ਕੀ ਹੈ ਇਹਦੇ ਆਧਾਰ ਤੇ ਜਿਹੜੇ ਕਿਤਾਬਾਂ ਨੇ ਉਹਨਾਂ ਨੂੰ ਸੀਕੁਐਂਸ ਦੇ ਵਿੱਚ ਲਗਾ ਕੇ ਪ੍ਰੋਪਰ ਜਿਹੜੀ ਉਹਨੂੰ ਤਰਤੀਬ ਵੱਧ ਕੀਤਾ ਜਾਂਦਾ ਜਦੋਂ ਅਸੀਂ ਇਹਨੂੰ ਕਹਿੰਦੇ ਹਾਂ ਕਲਾਸੀਫਿਕੇਸ਼ਨ ਮੀਨਸ ਪੂਰੀ ਲਾਇਬ੍ਰੇਰੀ ਦੇ ਵਿੱਚ ਜਿੰਨਾ ਵੀ ਸਾਡੇ ਕੋਲ ਮਟੀਰੀਅਲ ਅਵੇਲੇਬਲ ਹੈ ਕਿਸੇ ਵੀ ਤਰ੍ਹਾਂ ਦੀ ਬੁੱਕਸ ਨੇ ਉਹਦਾ ਰਾਈਟਰ ਦਾ ਨਾਮ ਕਿਹੜੇ ਵਿਸ਼ੇ ਨਾਲ ਸੰਬੰਧਿਤ ਹੈ ਕੀ ਉਹਦਾ ਟਾਈਟਲ ਹੈ ਐਕਸੈਸ਼ਨ ਨੰਬਰ ਕੀ ਲੱਗਿਆ ਹੋਇਆ ਤਾਂ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਸਿਸਟੇਮੈਟਿਕਲੀ ਕਿਸੇ ਤਰਤੀਬ ਦੇ ਵਿੱਚ ਲਗਾਉਣਾ ਤਾਂ ਅਸੀਂ ਉਹਨੂੰ ਕਹਿੰਦੇ ਆ ਕਲਾਸੀਫਿਕੇਸ਼ਨ ਹੁਣ ਜੋ ਲਾਇਬ੍ਰੇਰੀ ਕਲਾਸੀਫਿਕੇਸ਼ਨ ਹੈ ਇਹ ਇੱਕ ਸੰਕੇਤਕ ਪ੍ਰਣਾਲੀ ਹੁੰਦੀ ਹੈ ਜਿਹੜੀ ਕਿ ਲਾਇਬ੍ਰੇਰੀ ਦੇ ਵਿੱਚ ਜਿੰਨੇ ਵੀ ਡਾਕੂਮੈਂਟਸ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਵਿਸ਼ੇ ਦੇ ਅਕੋਰਡਿੰਗ ਸਬਜੈਕਟ ਦੇ ਅਕੋਰਡਿੰਗ ਇੱਕ ਜਿਹੜੀ ਸੀਕੁਐਂਸ ਹੈ ਤਰਤੀਬ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਉਹਨਾਂ ਨੂੰ ਤਾਂ ਜੋ ਜਿਹੜੀਆਂ ਬੁੱਕਸ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਜਿਹੜੀ ਕੋਈ ਦਿੱਕਤ ਹੈ ਉਹ ਨਾ ਆਵੇ ਤਾਂ ਇਹਦੇ ਵਿੱਚ ਜਿਹੜੇ ਕਿਤਾਬਾਂ ਨੇ ਲਾਈਬ੍ਰੇਰੀ ਦੇ ਵਿੱਚ ਭਾਵੇਂ ਕਿਤੇ ਵੀ ਪਈਆਂ ਨੇ ਬਟ ਉਹਨਾਂ ਨੂੰ ਦੁਬਾਰਾ ਫਿਰ ਰੀ ਅਰੇਂਜ ਕੀਤਾ ਜਾਂਦਾ ਤਾਂ ਜੋ ਜਿਹੜੇ ਪਾਠਕ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ ਕਿਉਂਕਿ ਦੇਖੋ ਜਦੋਂ ਬੱਚੇ ਬੁੱਕਸ ਫਾਈਂਡ ਆਊਟ ਕਰਦੇ ਨੇ ਲਾਈਬ੍ਰੇਰੀ ਦੇ ਵਿੱਚੋਂ ਤਾਂ ਕੋਈ ਬੁੱਕ ਕਿਤੇ ਰੱਖ ਦਿੰਦੇ ਨੇ ਕੋਈ ਕਿਤੇ ਰੱਖ ਦਿੰਦੀ ਆ ਤਾਂ ਇਹਦੇ ਵਿੱਚ ਕੀ ਹੈ ਵੀ ਜਿਹੜੇ ਬੱਚੇ ਨੇ ਉਹ ਜਦੋਂ ਕਿਤਾਬਾਂ ਨੂੰ ਉਹਦਾ ਆਰਡਰ ਸਹੀ ਨਹੀਂ ਰੱਖ ਕੇ ਜਾਂਦੇ ਤਾਂ ਉਹਨੂੰ ਫਿਰ ਤੋਂ ਰੀ ਅਰੇਂਜ ਕੀਤਾ ਜਾਂਦਾ ਵੀ ਇੰਜ ਫਿਰ ਤੋਂ ਜਿਹੜਾ ਕਲਾਸੀਫਿਕੇਸ਼ਨ ਉਹ ਕੀਤੀ ਜਾਂਦੀ ਹੈ ਹੁਣ ਕਲਾਸੀਫਿਕੇਸ਼ਨ ਦਾ ਭਾਵ ਹੈ ਕਿ ਵਸਤੂਆਂ ਨੂੰ ਪਸੰਦ ਅਤੇ ਨਾ ਪਸੰਦ ਦੇ ਆਧਾਰ ਤੇ ਵਿਵਸਥਿਤ ਕਰਨਾ ਹੈ ਲਾਇਬ੍ਰੇਰੀ ਕਲਾਸੀਫਿਕੇਸ਼ਨ ਇਜ਼ ਅਰੇਂਜਿੰਗ ਆਫ ਥਿੰਗਸ ਅਕੋਰਡਿੰਗ ਟੂ ਲਾਈਕਨੈਸ ਐਂਡ ਅਨਲਾਈਕਨੈਸ ਮੀਨਸ ਹੁਣ ਅਸੀਂ ਕਿਸੇ ਰਾਈਟਰ ਦੀਆਂ ਬੁੱਕਸ ਦੀ ਗੱਲ ਕਰਦੇ ਹਾਂ ਉਹਨੇ ਕਿਹੜੇ ਵਿਸ਼ੇ ਨਾਲ ਸੰਬੰਧਿਤ ਲਿਖੀਆਂ ਨੇ ਜਿੱਦਾਂ ਕਿ ਕਹਾਣੀਆਂ ਹੋਗੀਆਂ ਤਾਂ ਨਾਵਲ ਹੋਗੇ ਉਹ ਅਲੱਗ-ਅਲੱਗ ਅਰੇਂਜ ਕਰਕੇ ਰੱਖੇ ਜਾਣਗੇ ਤੇ ਫਿਰ ਜਿਹੜੇ ਬੱਚੇ ਨੇ ਜਾਂ ਜਿਹੜੇ ਪਾਠਕ ਨੇ ਜੋ ਉਹਨਾਂ ਨੂੰ ਇੰਟਰਸਟ ਹੈ ਉਹਦੇ ਅਕੋਰਡਿੰਗ ਉਹ ਚੂਜ਼ ਕਰ ਲੈਣਗੇ ਲਾਈਬ੍ਰੇਰੀ ਦੀ ਜਿਹੜੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਵੀ ਸੈਲਫ ਬਣੇ ਹੁੰਦੇ ਨੇ ਖਾਨੇ ਬਣੇ ਹੁੰਦੇ ਨੇ ਉਹਦੇ ਵਿੱਚ ਪੁਸਤਕਾਂ ਜਿਵੇਂ ਰੱਖੀਆਂ ਜਾਂਦੀਆਂ ਨੇ ਜਾਂ ਜਿਵੇਂ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਉਸ ਢੰਗ ਨੂੰ ਕਿਹਾ ਜਾਂਦਾ ਹੈ ਲਾਈਬ੍ਰੇਰੀ ਕਲਾਸੀਫਿਕੇਸ਼ਨ ਇਹ ਜਿਹੜੇ ਤਿੰਨ ਢੰਗ ਨੇ ਜਿਨ੍ਹਾਂ ਦੇ ਦੁਆਰਾ ਜਿਹੜੀਆਂ ਲਾਈਬ੍ਰੇਰੀ ਦੇ ਵਿੱਚ ਕਿਤਾਬਾਂ ਤੇ ਜਿਹੜਾ ਹੋਰ ਰੀਡਿੰਗ ਮਟੀਰੀਅਲ ਆ ਉਹਨੂੰ ਰੱਖਿਆ ਜਾਂਦਾ ਹੈ ਨੈਕਸਟ ਵੀਡੀਓ ਦੇ ਵਿੱਚ ਅਸੀਂ ਜਿਹੜੇ ਓਪਨ ਤੇ ক্লোਜ਼ ਸਿਸਟਮ ਨੇ ਮੀਨਿੰਗ ਦਾ ਤੁਹਾਨੂੰ ਕਲੀਅਰ ਹੋ ਗਿਆ ਇਹਨਾਂ ਦੇ ਮੈਰਿਟਸ ਤੇ ਡੀਮੈਰਿਟਸ ਕਰਾਂਗੇ ਜਿਹੜੇ ਕਿ ਸ਼ਾਰਟ ਨੋਟ ਦੇ ਲਈ ਵੀ ਤੁਹਾਡੇ ਲਈ ਬੈਨੀਫੀਸ਼ੀਅਲ ਹੋਣਗੇ ਥੈਂਕਸ ਫॉर ਵਾਚਿੰਗ